ਕਿ ਮੈਨੂੰ 8-10 ਸਾਲ ਹੋ ਗਏ ਜਿਹੜੀਆਂ ਚੀਜ਼ਾਂ ਮੈਂ ਬਣਾ ਕੇ ਰੱਖੀਆਂ ਨੇ, ਮੈਂ ਨਵੀਆਂ ਨਹੀਂ ਕੋਈ ਬਣਾਈਆਂ। ਦਿਲ ਟੁੱਟ ਗਿਆ, ਦਿੱਲੀ ਦਿਲ ਟੁੱਟ ਗਿਆ ਹੁਣ ਜਿਹੜਾ ਘੁਣ ਲੱਗਾ ਹੈ, ਜਿਹੜਾ ਘੁਣ ਲੱਗਾ ਹੈ ਨਾ, ਮੈਂ ਇਹਨਾਂ ਦੇ ਉੱਪਰ ਕੁਛ ਲਗਾ ਵੀ ਨਹੀਂ ਰਿਹਾ। ਅਤੇ ਮੈਨੂੰ ਜਦੋਂ ਕੋਈ ਪੁੱਛਦਾ ਹੈ ਇਹ ਕੀ ਹੈ, ਮੈਂ ਕਿ ਜਿਹੜੇ ਸਿੱਖ ਕੌਮ ਨੂੰ ਸੰਭਾਲਦੇ ਨੇ ਜਿਹੜੇ, ਜਾਂ ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਵੱਲੋਂ ਮੈਨੂੰ ਦੇਣ ਆ। ਗੁਰਮੀਤ ਸਿੰਘ ਕਲਾ ਦੇ ਨਾਲ ਨਵਾਜੇ ਹੋਏ ਨੇ, ਹੁਨਰ ਵੀ ਅਜਿਹਾ ਕਿ ਦੇਖਣ ਵਾਲਾ ਚੌਂਕ ਜਾਏ। ਗੁਰਮੀਤ ਸਿੰਘ ਚੌਲਾਂ, ਤਿਲਾਂ ਅਤੇ ਰਾਜਮਾ ਦੇ ਦਾਣਿਆਂ ਉੱਪਰ ਗੁਰਬਾਣੀ ਸਣੇ 10 ਗੁਰੂਆਂ ਦੀਆਂ ਖੂਬਸੂਰਤ ਤਸਵੀਰਾਂ ਉਕੇਰ ਚੁੱਕੇ ਨੇ। ਕੱਚ ਦੀਆਂ ਬੋਤਲਾਂ ਦੇ ਵਿੱਚ ਗੱਡੇ, ਕੁਰਸੀਆਂ, ਮੰਜੇ ਅਤੇ ਹੋਰ ਕਲਾਕ੍ਰਿਤੀਆਂ ਸੰਜੋਈਆਂ ਨੇ। 10 ਗੁਰੂਆਂ ਦਾ ਨਾਮ ਅਤੇ 550 ਅੱਖਰ ਚੌਲ ਦੇ ਦਾਣੇ ਤੇ ਲਿਖ ਚੁੱਕੇ ਨੇ। ਇੰਨਾ ਹੀ ਨਹੀਂ, ਤਿਲ ਦੇ ਦਾਣੇ ਉੱਪਰ ਬਾਬੇ ਨਾਨਕ ਦੀ ਤਸਵੀਰ ਇੰਡੀਆ ਦਾ ਨਕਸ਼ਾ ਤੱਕ ਉਕੇਰ ਦਿੱਤਾ। ਗੁਰਜੀਤ ਜੀ, ਮੈਂ ਹੋਰ ਵੀ ਕੁਝ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾ ਦੇਵਾਂ ਕਿ ਇਕੱਲਾ ਚੌਲਾਂ ਦੇ ਦਾਣਾ ਦੇ ਉੱਪਰ ਗੁਰੂ ਸਾਹਿਬ ਦੀਆਂ ਤਸਵੀਰਾਂ ਹੀ ਅੰਕਿਤ ਨਹੀਂ ਕੀਤੀਆਂ, ਮੇਰੇ ਹੱਥ ਦੇ ਵਿੱਚ ਕੁਝ ਬੋਤਲਾਂ ਨੇ, ਦਿਖਾਊਂਗਾ ਤੁਹਾਨੂੰ, ਹੈਰਾਨੀ ਵੀ ਹੋਵੇਗੀ ਕਿ ਆਹ ਦੇਖੋ ਬੋਤਲਾਂ ਦੇ ਉੱਪਰ ਜਿਹੜਾ ਆਹ ਕੀ ਬਣਾਇਆ ਗਿਆ ਗੁਰਜੀਤ ਜੀ? ਇਹ ਵੀਰ ਜੀ ਜਿਹੜਾ ਹੈਗਾ ਆ ਕਿ ਇਹ ਬੇੜੀ ਬਣੀ ਹੈ ਜੀ ਇੱਕ ਬੋਤਲ ਦੇ ਵਿੱਚ। ਹਾਂਜੀ, ਇਹ ਲੱਕੜ ਦੀ ਬੇੜੀ ਬਣੀ ਹੈ, ਦਿਖਾਉਣਾ ਜਿਹੜਾ ਜੀ ਇਹ ਇਸ ਤਰ੍ਹਾਂ, ਇਹ ਦੇਖੋ ਜੀ ਇਹ ਬੋਤਲ ਦੇ ਵਿੱਚ ਬਿਨਾਂ ਬੋਤਲ ਤੋੜਿਆਂ ਇਹ ਸਾਰਾ ਕੁਝ ਵਿੱਚ ਹੀ ਬਣਿਆ। ਠੀਕ ਹੈ, ਗੁਰਜੀਤ ਜੀ ਮੇਰੇ ਹੱਥ ਦੇ ਵਿੱਚ ਛੋਟਾ ਜਿਹਾ ਪਊਆ, ਮੇਰੇ ਸ਼ਰਾਬੀ ਵੀਰ ਤਾਂ ਜਾਣਦੇ ਹੋਣਗੇ, ਵਿੱਚ ਤਾਸ਼ ਦੇ ਪੱਤੇ ਜਿਹੜੇ ਆ ਉਹ ਕਿਸ ਤਰ੍ਹਾਂ ਜਿਹੜੇ ਵਿੱਚ ਪਾਏ ਗਏ ਨੇ ਇਹਦਾ ਇਹ? ਆ ਦੇਖੋ ਜੀ, ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਇਹ ਤਾਸ਼ ਦੇ ਜਿਹੜੇ ਪੱਤੇ ਪਲਾਸਟਿਕ ਦੇ ਨੇ। ਠੀਕ ਹੈ ਜੀ, 52 ਪੱਤੇ ਕੋਈ ਵੀ ਪਾ ਸਕਦਾ, ਇੱਧਰੋਂ ਪਾਓਗੇ ਦੇ ਵਿੱਚ ਪੱਤੇ ਜਾ ਕੇ ਸਿੱਧੇ ਹੋ ਜਾਣਗੇ, ਪਰ ਇਹਦੇ ਸਾਰਿਆਂ ਨਾਲ ਵੱਡੀ ਗੱਲ ਕਿ 2.5 ਤਾਸ਼ਾਂ ਨੇ, 120 ਪੱਤੇ ਨੇ, ਇਹਦੇ ਸਪੇਸ ਹੀ ਨਹੀਂ ਗਈ ਆਸੇ ਪਾਸੇ। ਠੀਕ ਹੈ ਜੀ, ਦੇਖਣੇ ਆਉਂਦੇ 'ਚ। ਹਾਂਜੀ, ਆਮ ਤਾਸ਼ ਦੇ ਵਿੱਚ ਜਿਹੜੇ ਆ, ਮੈਂ ਦਰਸ਼ਕਾਂ ਨੂੰ ਦੱਸਦਾ, 52 ਪੱਤੇ ਹੁੰਦੇ, 52 ਪਲਾਸਟਿਕ ਤਾਸ਼ ਆ, ਉੱਪਰੋਂ ਫੋਲਡ ਕਰਕੇ ਪਾਈ ਜਾ ਸਕਦੇ, ਅੰਦਰ ਪੱਤੇ ਸਿੱਧੇ ਹੋ ਜਾਣਗੇ, ਪਰ ਇਹਦੇ ਵਿੱਚ 120 ਪੱਤੇ ਜਿਹੜੇ ਤਾਸ਼ ਦੇ ਪਾਏ ਗਏ ਨੇ, 120 ਪੱਤੇ ਨੇ ਜਿਨ੍ਹਾਂ ਦੇ ਵਿੱਚ ਜਰਾ ਵੀ ਤੁਹਾਨੂੰ ਸਪੇਸ ਜਿਹੜੀ ਨਜ਼ਰ ਨਹੀਂ ਆ ਰਹੀ, ਅਤੇ ਕਿਸ ਤਰ੍ਹਾਂ ਸਿੱਧੇ ਕੀਤੇ ਹੋਣਗੇ ਇਹ ਤਾਂ ਸਰਦਾਰ ਗੁਰਜੀਤ ਸਿੰਘ ਜੀ ਜਾਣਦੇ ਆ, ਗੁਰਮੀਤ ਸਿੰਘ ਜੀ ਮਾਫ਼ ਕਰਨਾ, ਗੁਰਮੀਤ ਸਿੰਘ ਜੀ ਜਾਣਦੇ ਨੇ। ਹੋਰ ਵੀ ਤਸਵੀਰਾਂ ਮੇਰੇ ਹੱਥ ਦੇ ਵਿੱਚ ਨੇ। ਅੱਛਾ ਗੁਰਜੀਤ ਜੀ, ਆ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਦਾ ਸਭ ਤੋਂ ਪਹਿਲਾਂ, ਫਿਰ ਗੁਰਜੀਤ ਜੀ ਉਹ ਜਾਣਦੇ ਆ ਵੀ ਇਹ ਕੀ ਹੈ। ਗੁਰਜੀਤ ਜੀ ਕੀ ਹੈ ਇਹ? ਕਲਾਕ੍ਰਿਤੀ ਬਣਾਈ ਜੀ ਸਾਰੀ। ਇਹ ਸਾਰਿਆਂ ਨਾਲ ਵੱਡੀ ਗੱਲ ਕਿ ਇਹ ਸਾਰੇ ਕਾਰਡ ਬਣੇ ਨੇ, ਕਾਰਡ ਸਾਰਿਆਂ ਨਾਲ ਵੱਡੀ ਗੱਲ ਇਹਦੀ ਚੂੜੀ ਪਈ ਨਾਲ। ਅੱਛਾ ਜੀ, ਇਹ ਚੂੜੀ, ਇਹ ਜਿਹੜੀ ਚੂੜੀ ਹੈ ਸਾਬਤ ਹੈ ਕਿ ਟੁੱਟੀ ਹੋਈ? ਸਾਬਤ ਚੂੜੀ ਹੈ ਜੀ। ਗੁਰਮੀਤ ਜੀ ਥੋੜ੍ਹਾ ਸਾਨੂੰ ਵੀ ਦੱਸਿਓ ਵੀ ਮਤਲਬ ਕਿ ਕੀਤਾ ਕਿਵੇਂ, ਕਿਵੇਂ ਪੋਸੀਬਲ ਹੋਇਆ? ਦੇਖੋ ਜੀ, ਹਰ ਇੱਕ ਬੰਦਾ ਕਰ ਸਕਦਾ ਆ। ਠੀਕ ਹੈ, ਕਹਿੰਦੇ ਮਨ ਦੇ ਵਿੱਚ ਹੌਂਸਲਾ ਹੋਣਾ ਚਾਹੀਦਾ ਅਤੇ ਕੁਝ ਕਰਨ ਦੀ ਤਮੰਨਾ ਹੋਣੀ ਚਾਹੀਦੀ ਹੈ। ਠੀਕ, ਜਿਹੜਾ ਹੁੰਦਾ ਨਾ ਮੇਨ ਆਰਟਿਸਟ ਆ, ਉਹਦੇ 24 ਘੰਟੇ ਮਾਇੰਡ ਚੱਲਦਾ, 12 ਘੰਟੇ ਤਾਂ ਉਹ ਪ੍ਰੈਕਟੀਕਲੀ ਕਰਦਾ ਹੈ, ਅਤੇ 12 ਘੰਟੇ ਉਹਦਾ ਸੋਫਟਵੇਅਰ ਜਿਹੜਾ ਆ ਘੁੰਮਦਾ ਦਿਮਾਗ ਦਾ ਕਿ ਕਰਨਾ ਕਿੱਦਾਂ ਕਿੱਦਾਂ। ਤੂੰ ਜਦੋਂ ਰਾਤ ਨੂੰ ਸੋਚਦਾ, ਸਵੇਰੇ ਜਦੋਂ ਬਣਾਉਂਦਾ ਤਾਂ ਵੇਖਣ ਨੂੰ ਲੱਗਦਾ ਹੁੰਦਾ ਕਿ ਇਹਨੂੰ ਸਭ ਹੀ ਪਤਾ ਆ। ਉਹ ਜਿਹੜਾ ਮਾਲਕ ਸੱਚੇ ਪਾਤਸ਼ਾਹ ਬੈਠਾ, ਉਹ ਸੋਚੀ ਪਾਉਂਦਾ ਦਿਮਾਗ ਦੇ ਵਿੱਚ ਕਿ ਕਰਨਾ ਕੀ ਹੈ। ਗੁਰਮੀਤ ਜੀ ਮੇਰੇ ਹੱਥ 'ਚ ਇੱਕ ਹੋਰ ਚੀਜ਼ ਆ, ਇਹ ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਰਿਹਾ, ਅਤੇ ਨਾਲ ਤੁਸੀਂ ਦੱਸ ਦਿਓ ਵੀ ਇਹਨੇ। ਦੇਖੋ ਜੀ, ਸਾਰੀ ਇੱਕ ਬਣਾਈ ਅਸੀਂ ਕਿ ਨਿੱਕੇ ਟੇ ਟੋਟੇ ਕਰਕੇ ਸਾਰਾ ਚੀਜ਼ ਬਣਾਈ, ਇਹਦੀ ਵਾਧਾ ਇਹ ਹੈ ਕਿ ਇੱਕ ਤਾਂ ਤਾਸ਼ ਦਾ ਪੱਤਾ ਵਿੱਚ ਪਿਆ ਹੈ, ਫਿਰ ਅੱਗੇ ਚੂੜੀ ਪਈ ਹੈ, ਨਾਲੇ ਇਹਨੇ ਡੱਬੀ ਪਈ, ਸੱਚ ਸੋਰੀ, ਇਹ ਡੱਬੀ ਪੂਰੀ ਤੀਲਾਂ ਵਾਲੀ, ਛੋਟੇ ਛੋਟੇ ਟੁਕੜੇ, ਇਹ ਇਕੱਲਾ ਇਕੱਲਾ ਟੁਕੜਾ ਪਾਇਆ, ਇਕੱਲਾ ਟੁਕੜਾ ਵਿੱਚ ਪਾ ਕੇ ਅਤੇ ਕਲਾਕ੍ਰਿਤੀ ਬਣਾਈ ਇੱਕ। ਗੁਰਮੀਤ ਸਿੰਘ ਨੂੰ ਮਲਾਲ ਇਸ ਗੱਲ ਦਾ ਹੈ ਕਿ ਉਹ ਆਪਣੀਆਂ ਇਹਨਾਂ ਕਲਾਕ੍ਰਿਤੀਆਂ ਨੂੰ ਲੈ ਕੇ ਕਈ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗਏ ਨੇ, ਪਰ ਉਹਨਾਂ ਨੂੰ ਬਣ ਦਾ ਮਾਨ ਸਤਿਕਾਰ ਨਹੀਂ ਮਿਲਿਆ। ਜਿਹੜੀਆਂ ਚੀਜ਼ਾਂ ਲਿਖੀਆਂ ਨੇ ਨਾ ਵੀਰ ਜੀ, ਸਾਰਿਆਂ ਨਾਲ ਪਹਿਲਾਂ ਤੋਂ ਨੰਗੀ ਅੱਖ ਨਾਲ ਦਿਸਦੀਆਂ ਨੇਗੀਆਂ। ਠੀਕ ਹੈ ਜੀ, ਇੱਕ ਛੋਲਿਆਂ ਦੇ ਦਾਣੇ ਦੇ ਉੱਪਰ 10 ਗੁਰੂ ਸਾਹਿਬਾਨ,
ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਪੰਜ ਤਖਤਾਂ ਦੇ ਨਾਮ ਲਿਖੇ ਆ। ਠੀਕ ਹੈ ਜੀ। ਚੌਲ ਦੇ ਦਾਣੇ 'ਤੇ ਗੋਲਡਨ ਟੈਂਪਲ ਦੀ ਤਸਵੀਰ ਬਣਾਈ ਹੈ, ਬਾਬੇ ਨਾਨਕ ਦੀ ਤਸਵੀਰ ਬਣਾਈ ਹੈ। ਠੀਕ ਹੈ ਜੀ। ਅਤੇ 550 ਅੱਖਰ ਮੈਂ ਅੰਗਰੇਜ਼ੀ ਦਾ ਲਿਖਿਆ ਅਤੇ ਨਾਲ 10 ਗੁਰੂਆਂ ਦਾ ਨਾਮ ਲਿਖੇ ਸੀਗੇ। ਠੀਕ ਹੈ ਭਰਾ ਜੀ। ਤੇਲ ਦੇ ਦਾਣੇ 'ਤੇ ਵੀ ਇਸੇ ਤਰ੍ਹਾਂ ਹੀ ਹੈ ਕਿ ਇੰਡੀਆ ਨਕਸ਼ਾ ਬਣਾਇਆ। ਤੇਲ ਦੇ ਦਾਣੇ 'ਤੇ ਮੈਂ ਦਰਬਾਰ ਸਾਹਿਬ ਦੀ ਫੋਟੋ ਬਣਾਈ ਹੈ, ਤੇਲ ਦੇ ਦਾਣੇ 'ਤੇ ਬਾਬੇ ਨਾਨਕ ਦੀ ਫੋਟੋ ਬਣਾਈ ਹੈ। ਠੀਕ ਹੈ। ਉਸ ਤੋਂ ਬਾਅਦ ਰਾਜਮਾਂਹ ਆ ਜਾਂਦਾ, ਰਾਜਮਾਂਹ ਦੇ ਉੱਪਰ ਵੀ ਬਾਣੀ ਲਿਖੀ ਸਾਰੀ, ਅਤੇ ਛੋਲਿਆਂ ਦੀ ਦਾਲ ਦੇ ਦਾਣੇ ਉੱਪਰ, ਅਤੇ ਜਿਹੜੇ ਇਮਲੀ ਦੀ ਗਿੜਕ ਆ ਉਹਨਾਂ ਦੇ ਇਕੱਲੇ ਇਕੱਲੇ ਗੁਰੂ ਸਾਹਿਬ ਦਾ ਸੰਖੇਪ ਇਤਿਹਾਸ ਲਿਖਿਆ ਆ ਇਮਲੀ ਦੀ ਗਿੜਕ ਦੇ ਉੱਪਰ। ਹਾਂਜੀ ਹਾਂਜੀ, ਇਕੱਲੇ ਇਕੱਲੇ ਗੁਰੂ ਸਾਹਿਬ ਦਾ ਸੰਖੇਪ ਇਤਿਹਾਸ ਲਿਖਿਆ। ਫਿਰ 1x1 cm ਦੀ ਮੈਂ ਇੱਕ ਛੋਟੀ ਕਿਤਾਬ ਬਣਾਈ ਹੈ, ਜਿਹੜੀ ਮੇਰੇ ਗੂਠੇ ਦੇ ਨਹੁੰ ਨਾਲੋਂ ਛੋਟੀ ਹੈ। ਠੀਕ ਹੈ ਜੀ। ਉਹ ਵੀ ਜਿਹੜਾ ਸੀਗਾ 1x1 cm ਦਾ ਉਹਦਾ ਸਾਈਜ਼ ਆ। ਇੱਕ ਮੈਂ ਛੋਟੀ ਪਾਲਕੀ ਸਾਹਿਬ ਬਣਾਈ ਜਿਹੜੀ ਮੇਰੇ ਗੂਠੇ ਦੇ ਨਹੁੰ ਦੇ ਉੱਪਰ ਆ ਜਾਂਦੀ ਹੈ। ਠੀਕ ਹੈ ਜੀ। 5 ਬਣਾਏ ਮੈਂ ਖੰਡੇ ਬਾਟੇ, ਉਹ ਡੱਬੇ ਦੀ ਤੀਲ ਦੇ ਉੱਪਰ ਆਉਂਦੇ ਆ। ਇਹ ਚੀਜ਼ਾਂ ਵੀ ਜੀ ਸਾਰੀਆਂ ਬਣਾਈਆਂ ਨੇ। ਜੀ ਵੇਖਿਆ ਜਾਵੇ ਤਾਂ ਤਕਰੀਬਨ ਧਾਰਮਿਕ ਚੀਜ਼ਾਂ ਤੁਸੀਂ ਬਣਾਈਆਂ, ਜਿਵੇਂ ਤਿਲਾਂ ਦੇ ਦਾਣੇ ਦੇ ਉੱਪਰ ਬਾਣੀ ਲਿਖਤੀ, ਚੌਲਾਂ ਦੇ ਦਾਣੇ ਦੇ ਉੱਪਰ ਬਾਣੀ ਲਿਖੀ, ਗੁਰੂ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਬਣਾ ਦਿੱਤੀਆਂ, ਬਾਬੇ ਨਾਨਕ ਜੀ ਦੀ ਤਸਵੀਰ ਬਣਾਈ, ਅਤੇ ਪਰ ਸ਼੍ਰੋਮਣੀ ਕਮੇਟੀ ਨੇ ਕਿਉਂ ਨਕਾਰਿਆ? ਆਖਿਰ ਕੀ ਕਾਰਨ ਰਿਹਾ ਹੋਵੇਗਾ? ਕਿਉਂਕਿ ਸਾਡੀ ਸਿਰਮੌਰ ਸੰਸਥਾ, ਉਦੋਂ ਕਿੰਨਾ ਕੁ ਦਿਲ ਦੁਖਿਆ ਜਦੋਂ ਸਾਡੀ ਸਿਰਮੌਰ ਸੰਸਥਾ ਨੇ ਸਾਡੀਆਂ ਧਾਰਮਿਕ ਬਣਾਈਆਂ ਹੋਈਆਂ ਜਿਹੜੀਆਂ ਅਕ੍ਰਿਤੀਆਂ ਸੀ, ਇਹਨਾਂ ਨੂੰ ਨਕਾਰ ਦਿੱਤਾ? ਦੇਖੋ ਜੀ, ਅੱਜ ਮੈਨੂੰ 8-10 ਸਾਲ ਹੋ ਗਏ ਜਿਹੜੀਆਂ ਚੀਜ਼ਾਂ ਮੈਂ ਬਣਾ ਕੇ ਰੱਖੀਆਂ ਨੇ, ਮੈਂ ਨਵੀਆਂ ਨਹੀਂ ਕੋਈ ਬਣਾਈਆਂ। ਉਸ ਤੋਂ ਬਾਅਦ ਦਿਲ ਟੁੱਟ ਗਿਆ? ਦਿਲ ਨਹੀਂ ਕੀਤਾ, ਦਿਲ ਟੁੱਟ ਗਿਆ। ਹੁਣ ਜਿਹੜਾ ਘੁਣ ਲੱਗਾ ਹੈ, ਜਿਹੜਾ ਘੁਣ ਲੱਗਾ ਹੈ ਨਾ, ਮੈਂ ਇਹਨਾਂ ਦੇ ਉੱਪਰ ਕੁਛ ਲਗਾ ਵੀ ਨਹੀਂ ਰਿਹਾ। ਅਤੇ ਮੈਨੂੰ ਜਦੋਂ ਕੋਈ ਪੁੱਛਦਾ ਹੈ ਇਹ ਕੀ ਹੈ, ਇਹ ਮੈਂ ਕਿਹਾ ਜਿਹੜੇ ਸਿੱਖ ਕੌਮ ਨੂੰ ਸੰਭਾਲਦੇ ਨੇ ਜਿਹੜੇ, ਜਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਵੱਲੋਂ ਮੈਨੂੰ ਦੇਣ ਆ। ਠੀਕ ਹੈ ਜੀ। 3-4 ਮੈਂ ਨਾਂ ਲਿੱਤੇ ਆ। ਮੈਨੂੰ ਬਾਬਾ ਕੁਲਵੰਤ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਦਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਬਾਬਾ ਰਾਮ ਸਿੰਘ ਜੀ ਦਮਦਮ ਟਕਸਾਲ ਵਾਲੇ, ਇਹਨਾਂ ਸਾਰਿਆਂ ਨੇ ਮੈਨੂੰ ਮਾਣ ਸਨਮਾਨ ਦਿੱਤਾ ਜੀ। ਮਾਣ ਸਨਮਾਨ ਕੀ ਹੈ? ਇੱਕ ਸਰੋਪਾ ਹੈ ਬਸ, ਅਤੇ ਸਰੋਪਾ ਬੜੀ ਵੱਡੀ ਗੱਲ ਹੈ ਸਿੱਖ ਕੌਮ ਦੇ ਵਿੱਚ। ਸੱਚਾ ਕਲਾਕਾਰ ਹੁੰਦਾ ਉਹ ਸਿਰਫ ਇੱਜ਼ਤ ਦਾ ਭੁੱਖਾ ਹੁੰਦਾ, ਪੈਸਾ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਬਿਲਕੁਲ ਜੀ, ਬਿਲਕੁਲ। ਇਹ ਕਲਾ ਯਕੀਨਨ ਹੀ ਪ੍ਰਦਰਸ਼ਨੀ ਦਾ ਮੌਕਾ ਪਾਲਦੀ ਹੈ। ਲੋੜ ਹੈ ਇਸ ਕਲਾ ਨੂੰ ਕਿਸੇ ਮਿਊਜ਼ੀਅਮ 'ਚ ਸੰਜੋ ਕੇ ਰੱਖਣ ਦੀ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਅੰਮ੍ਰਿਤਸਰ ਤੋਂ ਸਰਵਣ ਸਿੰਘ ਦੀ ਰਿਪੋਰਟ, ਸਪੋਕਸਮੈਨ ਟੀਵੀ।